ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਨਮਕੀਨ ਮਟਰੀ ਬਣਾ ਕੇ ਤਿਆਰ ਕਰਾਂਗੇ, ਤੇ ਇਹਨੂੰ ਨਮਕ ਪਾਰੇ ਵੀ ਕਹਿੰਦੇ ਆ ਤੇ ਮਟਰੀ ਵੀ ਕਹਿੰਦੇ ਆ। ਤੇ ਇਹਨੂੰ ਬਣਾਉਣ ਦੇ ਵਾਸਤੇ ਆਪਾਂ 2 ਕੌਲੀਆਂ ਜਿਹੜੀਆਂ ਆ ਮੈਦੇ ਦੀਆਂ ਲਈਆਂ ਆ। ਇਸ ਕੌਲੀ ਦੇ ਨਾਲ ਮੈਂ ਨਾਪਿਆ ਆ ਤੇ ਜਿੰਨੀਆਂ 2 ਕੌਲੀਆਂ ਮੈਦੇ ਦੇ ਵਿੱਚ ਆਪਾਂ 1/4 ਜਿਹੜੀ ਕੌਲੀ ਆ ਆਪਾਂ ਘਿਓ ਦੀ ਪਾਣੀ ਹੈ। ਘਿਓ ਜਿਹੜਾ ਤੁਸੀਂ ਦੇਸੀ ਵੀ ਲੈ ਸਕਦੇ ਹੋ, ਡਾਲਡਾ ਵੀ ਲੈ ਸਕਦੇ ਹੋ, ਜਾਂ ਰਿਫਾਇੰਡ ਵੀ ਇਸਤੇਮਾਲ ਕਰ ਸਕਦੇ ਹੋ। ਜਿਹੜਾ ਤੁਸੀਂ ਵਰਤਦੇ ਹੋ ਉਹ ਲੈ ਸਕਦੇ ਹੋ, ਪਰ ਜੇ ਆਪਾਂ ਦੇਸੀ ਘਿਓ ਜਾਂ ਡਾਲਡਾ ਘਿਓ ਵਿੱਚ ਪਾ ਕੇ ਇਹਨੂੰ ਆਪਾਂ ਗੁੰਨਾਂਗੇ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਹੈ, ਜਿਹੜੀ ਸਾਡੀ ਮਟਰੀ ਆ ਬਹੁਤ ਹੀ ਜ਼ਿਆਦਾ ਜਿਹੜੀ ਕੁਰਕਰੀ ਬਣਦੀ ਹੈ ਅਤੇ ਖਾਣ ਦੇ ਵਿੱਚ ਜਿਹੜਾ ਉਹਦਾ ਸਵਾਦ ਆ ਬਹੁਤ ਵਧੀਆ ਆਉਂਦਾ ਆ। 1 ਛੋਟਾ ਚਮਚਾ ਅਜਵਾਇਣ ਆ ਤੇ 1 ਛੋਟਾ ਚਮਚਾ ਜਿਹੜਾ ਆ ਲੂਣ ਆ, ਇਹ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਉਣਾ ਆ। ਤੇ ਹੁਣ ਆਪਾਂ ਕੀ ਕਰਨਾ ਆ, ਜਿਹੜਾ ਸਾਡਾ ਮੈਦਾ ਆ ਇਹਨੂੰ ਅਸੀਂ ਗੁੰਨ ਕੇ ਤਿਆਰ ਕਰ ਲੈਣਾ ਆ। ਇੱਕ ਖੁੱਲੇ ਭਾਂਡੇ ਦੇ ਵਿੱਚ ਆਪਾਂ ਮੈਦਾ ਜਿਹੜਾ ਆ ਉਹ ਪਾ ਲੈਣਾ ਆ। ਨਮਕ ਪਾ ਦਾਂਗੇ, ਅਜਵਾਇਣ ਪਾ ਦਾਂਗੇ, ਮਿਲਾ ਲਾਂਗੇ ਦੋਨਾਂ ਨੂੰ। ਤੇ ਸਭ ਤੋਂ ਜਿਹੜੀ ਮੇਨ ਚੀਜ਼ ਆਪਾਂ ਇਹਦੇ ਵਿੱਚ ਪਾਣੀ ਆ ਘਿਓ। ਚੰਗੀ ਤਰ੍ਹਾਂ ਆਪਾਂ ਮਿਲਾਉਣਾ ਆ ਘਿਓ ਨੂੰ। ਘਿਓ ਜਿਹੜਾ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਆ। ਘਿਓ ਮਿਲਾਉਣ ਤੋਂ ਬਾਅਦ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਇੱਦਾਂ ਮੈਦੇ ਨੂੰ ਜਿੱਦਾਂ ਘੁੱਟ ਕੇ ਆਪਾਂ ਫੜੀਏ ਤੇ ਇਸ ਤਰੀਕੇ ਦੇ ਨਾਲ ਇਹ ਦੱਬਣਾ ਚਾਹੀਦਾ ਆ। ਜਦੋਂ ਇਸ ਤਰੀਕੇ ਨਾਲ ਇਹ ਦੱਬਣ ਲੱਗ ਜਾਵੇ ਪੂਰਾ, ਫਿਰ ਲਗਤ ਤੁਸੀਂ ਦੇਖਣਾ ਆ ਕਿ ਇਹ ਚੰਗੀ ਤਰ੍ਹਾਂ ਜਿਹੜਾ ਆ ਘਿਓ ਆ ਸਾਡਾ ਮੈਦੇ ਦੇ ਵਿੱਚ ਮਿਲ ਗਿਆ ਆ। ਹੁਣ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਕਰਕੇ ਜਿਹੜਾ ਆ ਇਹਨੂੰ ਆਪਾਂ ਗੁੰਨ ਲੈਣਾ ਆ, ਅਤੇ ਬਿਲਕੁਲ ਜਿਹੜਾ ਸਖਤ ਆਪਾਂ ਆਟਾ ਇਹਦਾ ਗੁੰਨ ਕੇ ਤਿਆਰ ਕਰਨਾ ਆ। ਅਤੇ ਇੱਕ ਚੀਜ਼ ਦਾ ਧਿਆਨ ਰੱਖਣਾ ਆ ਕਿ ਜਿਹੜਾ ਮੈਦਾ ਹੁੰਦਾ ਆ ਇਹਦੇ ਵਿੱਚ ਪਾਣੀ ਜਿਹੜਾ ਆ ਬਹੁਤ ਘੱਟ ਪੈਂਦਾ ਆ, ਇਸ ਕਰਕੇ ਇੱਕਦਮ ਪਾਣੀ ਨਹੀਂ ਪਾਉਣਾ, ਥੋੜ੍ਹਾ ਥੋੜ੍ਹਾ ਪਾਣੀ ਪਾਉਣਾ ਆ। ਮੈਦਾ ਜਿਹੜਾ ਸਾਡਾ ਗੁੰਨ ਕੇ ਤਿਆਰ ਆ, ਬਿਲਕੁਲ ਸਖਤ ਜਿਹੜਾ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਗੁੰਨ ਕੇ ਤਿਆਰ ਕੀਤਾ ਆ। ਅਤੇ 1 ਕੌਲੀ ਜਿਹੜੀ ਆ ਆਪਾਂ ਪਾਣੀ ਲਿਆ ਸੀ, ਅਤੇ 1/2 ਕੌਲੀ ਤੋਂ ਵੀ ਘੱਟ ਜਿਹੜਾ ਆ ਪਾਣੀ ਦਾ ਇਸਤੇਮਾਲ ਹੋਇਆ ਆ। ਅਤੇ ਹੁਣ ਜਿਹੜਾ ਇਹ ਸਾਡਾ ਮੈਦਾ ਆ ਇਹਨੂੰ ਅਸੀਂ ਗਿੱਲੇ ਕੱਪੜੇ ਦੇ ਨਾਲ ਥੋੜ੍ਹਾ ਜਿਹਾ ਗਿੱਲਾ ਕਰ ਲੈਣਾ, ਕੱਪੜੇ ਨੂੰ ਢੱਕ ਕੇ ਆਪਾਂ ਇਹਨੂੰ 15-20 ਮਿੰਟ ਵਾਸਤੇ ਜਿਹੜਾ ਰੱਖ ਦੇਣਾ ਆ। ਕਿਉਂਕਿ ਮੈਦਾ ਹੋਵੇ ਜਾਂ ਆਟਾ ਹੋਵੇ, ਇਹ ਜਿਹੜੀ ਆਪਾਂ ਕੋਈ ਵੀ ਚੀਜ਼ ਇਸ ਤਰੀਕੇ ਨਾਲ ਬਣਾਉਂਦੇ ਹਾਂ ਅਤੇ ਇਹਨੂੰ ਜਿਹੜੀ ਆ ਰੈਸਟ ਦੇਣੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਅਤੇ ਹੁਣ ਆਪਾਂ 15-20 ਮਿੰਟ ਬਾਅਦ ਇਹ ਫਿਰ ਬਣਾਵਾਂਗੇ। 20 ਕੁ ਮਿੰਟ ਹੋ ਗਏ ਇਹਨੂੰ ਪਏ ਹੋਏ, ਅਤੇ ਹੁਣ ਆਪਾਂ ਕੀ ਕਰਨਾ ਆ, ਇਹਨੂੰ 1 ਵਾਰੀ ਚੰਗੀ ਤਰ੍ਹਾਂ ਇੱਦਾਂ ਮਾਣ ਲੈਣਾ ਆ। 2-3 ਮਿੰਟ ਤੱਕ ਇੱਦਾਂ ਆਪਾਂ ਮਲਾਂਗੇ ਇਹਨੂੰ ਤਾਂ ਕਿ ਬਿਲਕੁਲ ਚੰਗੀ ਤਰ੍ਹਾਂ ਇਹ ਸੈੱਟ ਹੋ ਜਾਵੇ। ਆਟਾ ਜਿਹੜਾ ਸਾਡਾ ਚੰਗੀ ਤਰ੍ਹਾਂ ਸੈੱਟ ਹੋ ਗਿਆ। ਹੁਣ ਆਪਾਂ ਇਹਨੂੰ ਇੱਦਾਂ 2-3 ਹਿੱਸਿਆਂ 'ਚ ਵੰਡ ਲੈਣਾ ਆ। ਅਤੇ ਇਹਨੂੰ ਆਪਾਂ ਰੋਟੀ ਦੀ ਤਰ੍ਹਾਂ ਵੇਲ ਲੈਣਾ ਆ। ਥੋੜ੍ਹਾ ਜਿਹਾ ਆਪਾਂ ਇਹਨੂੰ ਵੱਡਾ ਵੇਲਣਾ, ਇਸ ਕਰਕੇ ਆਪਾਂ ਇਹਨੂੰ ਇਹਦੇ 'ਤੇ ਸੈਲਫ 'ਤੇ ਵੇਲ ਲਾਂਗੇ। ਥੋੜ੍ਹਾ ਜਿਹਾ ਮੈਦਾ ਛਿੜਕ ਲੈਣਾ ਇਹਦੇ 'ਤੇ। ਰੋਟੀ ਦੀ ਤਰ੍ਹਾਂ ਆਪਾਂ ਇਹਨੂੰ ਵੇਲ ਲਿਆ ਆ, ਅਤੇ ਬਹੁਤ ਜ਼ਿਆਦਾ ਨਾ ਤਾਂ ਮੋਟਾ ਵੇਲਣਾ ਆ ਅਤੇ ਨਾ ਹੀ ਬਹੁਤ ਜ਼ਿਆਦਾ ਇਹਨੂੰ ਆਪਾਂ ਪਤਲਾ ਵੇਲਣਾ ਆ। ਹੁਣ ਆਪਾਂ ਇਹਨੂੰ ਕੱਟ ਕੇ ਤਿਆਰ ਕਰ ਲੈਣਾ ਆ। ਇੱਕ ਆਪਾਂ ਕਰਦ ਲੈ ਲੈਣੀ ਹੈ, ਕਰਦ ਦੇ ਨਾਲ ਜਿੰਨੀ ਕੁ ਜਿਹੜੀ ਆ ਤੁਸੀਂ ਥੋੜ੍ਹੀ ਮੋਟੀ ਰੱਖਣੀ ਆ ਮਟਰੀ, ਉਹਦੇ ਹਿਸਾਬ ਨਾਲ ਤੁਸੀਂ ਇਹਨੂੰ ਕੱਟ ਲੈਣਾ ਆ। ਸਾਰੇ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਇੱਦਾਂ ਲੰਬਾਈ 'ਚ ਕੱਟ ਲਿਆ ਆ। ਅਤੇ ਹੁਣ ਆਪਾਂ ਇੱਦਾਂ ਵਿੱਚੋਂ ਦੀ ਕੱਟ ਦੇਣਾ ਇਹਨੂੰ।
ਤੇ ਹੁਣ ਆਪਾਂ ਇਹਨੂੰ ਕੱਟ ਕੇ ਇਹਦਾ ਹੁਣ ਪਲੇਟ 'ਚ ਕੱਟ ਲੈਣਾ ਹੈ। ਇੱਕ ਇੱਕ ਚੱਕ ਕੇ ਤੇਲ ਜਿਹੜਾ ਸਾਡਾ ਗਰਮ ਆ ਅਤੇ ਮੈਂ ਸਰ੍ਹੋਂ ਦੇ ਤੇਲ ਦੇ ਵਿੱਚ ਇਹਨੂੰ ਫਰਾਈ ਕਰਨ ਲੱਗੀ ਹਾਂ। ਤੁਸੀਂ ਜਿਹੜਾ ਮਰਜ਼ੀ ਤੇਲ ਇਸਤੇਮਾਲ ਕਰ ਸਕਦੇ ਹੋ। ਅਤੇ ਇੱਕ ਚੀਜ਼ ਦਾ ਧਿਆਨ ਰੱਖਣਾ ਆ, ਤੇਲ ਜਿਹੜਾ ਆ ਇੱਕਦਮ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ, ਸਿਰਫ ਮੀਡੀਅਮ ਜਿਹਾ ਗਰਮ ਹੋਵੇ ਕਿ ਜਿਹਦੇ ਵਿੱਚ ਇਹ ਆਰਾਮ ਦੇ ਨਾਲ ਸਿਕਣ। ਇੱਕ ਇਹ ਨਾ ਹੋਵੇ ਕਿ ਇੱਕਦਮ ਆਪਾਂ ਤੇਲ ਜ਼ਿਆਦਾ ਗਰਮ ਤੇਲ ਦੇ ਵਿੱਚ ਪਾ ਲਈਏ ਅਤੇ ਫਿਰ ਕੀ ਹੁੰਦਾ ਆ ਕਿ ਇਹ ਉੱਪਰੋਂ ਤਾਂ ਸਿੱਕ ਜਾਂਦੇ ਆ ਅਤੇ ਅੰਦਰੋਂ ਜਿਹੜੇ ਆ ਕੱਚੇ ਰਹਿ ਜਾਂਦੇ ਆ। ਅਤੇ ਕਾਫੀ ਸਾਰੇ ਜਿੱਦਾਂ ਇੱਦਾਂ ਸਾਰੇ ਸਿੱਟ ਦੇਣੇ ਆ, ਇਹ ਨਹੀਂ ਕਿ ਇੱਕ ਇੱਕ ਦੋ ਦੋ ਕਰਕੇ ਸਿੱਟਣੇ ਆ, ਅਤੇ ਬਾਅਦ ਵਿੱਚ ਇਹ ਅਲੱਗ ਅਲੱਗ ਹੋ ਜਾਂਦੇ ਆ। ਅਤੇ ਮੀਡੀਅਮ ਸੇਕ ਦੇ ਉੱਤੇ ਹੀ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਸਿਕਣ ਦੇਵਾਂਗੇ। ਇੱਕ ਵਾਰੀ ਆਪਾਂ ਇੱਦਾਂ ਵਿੱਚੋਂ ਦੀ ਇਹਨੂੰ ਇੱਦਾਂ ਹਿਲਾ ਦੇਣਾ ਆ। ਦੇਖੋ ਆਪਾਂ ਸਾਰੇ ਇਕੱਠੇ ਸਿੱਟੇ ਸੀ ਪਰ ਕੋਈ ਵੀ ਨਾਲ ਨਹੀਂ ਜੁੜਿਆ, ਸਾਰੇ ਅਲੱਗ ਅਲੱਗ ਹੋ ਗਏ ਆ। ਅਤੇ ਇਹਨੂੰ ਇੱਦਾਂ ਹੀ ਆਪਾਂ ਬਸ ਥੋੜ੍ਹੀ ਘੱਟ ਗੈਸ ਦੇ ਉੱਤੇ ਆਪਾਂ ਇਸੇ ਤਰੀਕੇ ਨਾਲ ਇਹਨੂੰ ਸਿੱਕਣ ਦੇਵਾਂਗੇ। ਅੱਗੇ ਨਾਲੋਂ ਜਿਹੜਾ ਮਟਰੀ ਦਾ ਰੰਗ ਥੋੜ੍ਹਾ ਬਦਲ ਗਿਆ ਆ ਪਰ ਹਲੇ ਇਹਨੂੰ ਆਪਾਂ ਹੋਰ ਸੇਕਣਾ ਆ, ਥੋੜ੍ਹਾ ਜਿਹਾ ਹੋਰ ਆਪਾਂ ਇਹਦਾ ਜਦੋਂ ਰੰਗ ਬਦਲ ਜੂਗਾ ਫਿਰ ਆਪਾਂ ਇਹਨੂੰ ਬਾਹਰ ਕੱਢਦੇ ਹਾਂ। ਦੂਜਾ ਜਿਹੜਾ ਆਟਾ ਸੀ ਅਸੀਂ ਉਹਨੂੰ ਵੀ ਆਪਾਂ ਵੇਲ ਕੇ ਤਿਆਰ ਕਰ ਲਿਆ, ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਲੰਬਾਈ ਦੇ ਵਿੱਚ ਕੱਟ ਲੈਣਾ ਆ। ਲੰਬਾਈ 'ਚ ਕੱਟ ਕੇ ਅਤੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਇੱਦਾਂ ਇਹਦੇ ਪੀਸ ਕੱਟ ਲੈਣੇ ਆ। ਦੋਨਾਂ ਤਰੀਕਿਆਂ 'ਚੋਂ ਤੁਸੀਂ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਕੱਟ ਕੇ ਇਹਨਾਂ ਨੂੰ ਤਿਆਰ ਕਰ ਸਕਦੇ ਹੋ। ਮਟਰੀ ਜਿਹੜੀ ਸਾਡੀ ਦੋਨਾਂ ਪਾਸਿਓਂ ਚੰਗੇ ਤਰੀਕੇ ਦੇ ਨਾਲ ਸੇਕ ਕੇ ਤਿਆਰ ਆ, ਇਹਨੂੰ ਆਪਾਂ ਪਲੇਟ 'ਚ ਕੱਢ ਲੈਣਾ ਆ। ਦੂਜੀ ਮਟਰੀ ਵੀ ਜਿਹੜੀ ਆ ਸਾਡੀ ਤਿਆਰ ਆ, ਇਹਨੂੰ ਵੀ ਆਪਾਂ ਫਰਾਈ ਕਰ ਲੈਣਾ। ਇੱਕ ਵਾਰੀ 'ਚ ਜਿੰਨੀ ਕੜਾਹੀ ਦੇ ਵਿੱਚ ਆਊਗੀ ਉਨੇ ਆਪਾਂ ਪਾਉਣੇ ਆ। ਮਟਰੀ ਜਿਹੜੀ ਆ ਸਾਡੀ ਬਣ ਕੇ ਤਿਆਰ ਆ, ਇਹਨੂੰ ਆਪਾਂ ਪਲੇਟ 'ਚ ਕੱਢ ਲੈਣਾ। ਮਟਰੀ ਤੋਂ ਹੀ ਦੇਖੋ ਮੈਂ ਇਸ ਤਰੀਕੇ ਦੇ ਨਾਲ ਇਹਦਾ ਫਲਾਵਰ ਬਣਾਏ ਆ ਅਤੇ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਬਣਾ ਕੇ ਦਿਖਾਉਂਗੀ ਕਿ ਇਹ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੀ ਆ ਮਟਰੀ ਉਹ ਕਿਵੇਂ ਬਣਾ ਸਕਦੇ ਹੋ। ਇਹਨੂੰ ਵੀ ਆਪਾਂ ਫਰਾਈ ਕਰ ਲੈਣਾ ਹੈ। ਫਲਾਵਰ ਮਟਰੀ ਵੀ ਜਿਹੜੀ ਆ ਸਾਡੀ ਦੋਨਾਂ ਪਾਸਿਓਂ ਸੇਕ ਕੇ ਤਿਆਰ ਹੋ ਗਈ ਆ ਅਤੇ ਬਹੁਤ ਵਧੀਆ ਦੇਖੋ ਲੱਗਦੇ ਪਏ ਆ। ਮਟਰੀ ਜਿਹੜੀ ਆ ਸਾਡੀ ਬਣ ਕੇ ਤਿਆਰ ਆ, ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਅਤੇ ਬਿਲਕੁਲ ਕੁਰਕਰੀ ਬਣੀ ਆ। ਆਵਾਜ਼ ਦੇਖੋ ਤੁਸੀਂ ਸੁਣ ਸਕਦੇ ਹੋ, ਇੱਕਦਮ ਜਿਹੜੀ ਆ ਕੁਰਕਰੀ ਬਣ ਕੇ ਤਿਆਰ ਹੋਈ ਆ ਅਤੇ ਖਾਣ ਦੇ ਵਿੱਚ ਵੀ ਬਿਲਕੁਲ ਨਰਮ ਆ, ਸਖਤ ਨਹੀਂ ਹੈਗੀ। ਅਤੇ ਇਹ ਬਸ ਜਿੱਦਾਂ ਹੁਣ ਬਰਸਾਤ ਦਾ ਮੌਸਮ ਆ, ਬਰਸਾਤ ਦੇ ਮੌਸਮ ਦੇ ਵਿੱਚ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਹਨੂੰ ਜੇ ਬਣਾਉਣਾ ਹੈ ਘਰ ਦੇ ਵਿੱਚ ਤਾਂ ਏਅਰ ਟਾਈਟ ਜਿਹੜਾ ਹੈ ਡੱਬਾ ਉਹਦੇ ਵਿੱਚ ਪਾ ਕੇ ਹੀ ਰੱਖਣਾ ਆ, ਕਿਉਂਕਿ ਜੇ ਵੈਸੇ ਆਪਾਂ ਇਹਨੂੰ ਡੱਬੇ 'ਚ ਪਾ ਕੇ ਰੱਖਾਂਗੇ ਤਾਂ ਇਹਨੇ ਫਿਰ ਸਿੱਲੀ ਸਿੱਲੀ ਹੋ ਜਾਣਾ ਆ। ਅਤੇ ਆਹ ਜਿਹੜੀ ਫਲਾਵਰ ਮਟਰੀ ਆਪਾਂ ਬਣਾਈ ਹੈ ਇਹਨੂੰ ਬਣਾਉਣ ਲਈ ਥੋੜ੍ਹਾ ਜਿਹਾ ਟਾਈਮ ਲੱਗਦਾ ਆ, ਅਤੇ ਜੇ ਇਹਦੀ ਵੀਡੀਓ ਤੁਹਾਨੂੰ ਚਾਹੀਦੀ ਹੋਊਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ, ਮੈਂ ਇਹਦੀ ਵੀਡੀਓ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ। ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਣਾਇਓ ਅਤੇ ਖਾਇਓ। ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਆ ਕਰੋ ਹਰ ਇੱਕ ਵੀਡੀਓ ਨੂੰ ਫੈਮਿਲੀ ਔਰ ਫਰੈਂਡਸ ਦੇ ਨਾਲ। ਜੇ ਚੈਨਲ 'ਤੇ ਪਹਿਲੀ ਵਾਰੀ ਆ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਇਓ। ਉਹਦੇ ਨਾਲ ਕੀ ਹੋਊਗਾ, ਅਸੀਂ ਜਿਹੜੀ ਵੀ ਕੋਈ ਨਵੀਂ ਵੀਡੀਓ ਪਾਵਾਂਗੇ ਉਹ ਤੁਹਾਡੇ ਤੱਕ ਆਰਾਮ ਨਾਲ ਪਹੁੰਚਿਆ ਕਰੂਗੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ।